ਨੰਬਰ ਵਾਰ ਦੀ 6 ਨੰਬਰ ਪੌੜੀ ਹੈ ਦੀਵਾਲੀ ਦੀ ਰਾਤ ਦੀਵੇ ਬਾਲਿਨ ਪੜ ਲਿਓ ਜਾ ਕੇ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਨਹੀਂ ਹੈ ਦੀਵਾਲੀ ਦਾ ਸਿਰਫ ਭਾਈ ਗੁਰਦਾਸ ਨੇ ਇੱਕ ਉਦਾਹਰਨ ਦਿੱਤੀ ਹੈ ਤੇ ਭਾਈ ਗੁਰਦਾਸ ਦਾ ਇੱਕ ਤਰੀਕਾ ਸਮਝਾਉਣ ਦਾ ਉਹ 5-6 ਪੰਕਤੀਆਂ ਦਾ ਉਦਾਹਰਨਾਂ ਦਿੰਦੇ ਆ ਤੇ ਅਖੀਰਲੀ ਪੰਕਤੀ 'ਚ ਗੁਰਮਤ ਸਮਝਾਉਂਦੇ ਆ ਪਹਿਲੀ ਪੰਕਤੀ ਹੈ ਦੀਵਾਲੀ ਦੀ ਰਾਤ ਦੀਵੇ ਬਾਲਿਨ ਧਿਆਨ ਨਾਲ ਸੁਣਿਓ ਗੱਲ ਨੂੰ ਫੇਰ ਸਮਝ ਆਊਗੀ ਭਾਈ ਗੁਰਦਾਸ ਜੀ ਕਹਿੰਦੇ ਦੀਵਾਲੀ ਦੀ ਰਾਤ ਲੋਕ ਦੀਵੇ ਬਾਲਦੇ ਆ ਚਾਨਣ ਕਰਦੇ ਆ ਤੇ ਉਹ ਦੀਵਾ ਕਿੰਨੀ ਕੀ ਦੇ ਚਾਨਣ ਕਰਦਾ ਜੀ ਭਲਾ ਦੱਸਿਓ ਹਾਂ ਭਲਾ ਅੱਧਾ ਘੰਟਾ ਪਾਉਣਾ ਕਿ ਜੇ ਮੇਰੇ ਖਿਆਲ ਚ ਜੇ ਆਪਾਂ 8 ਵਜੇ 7 ਵਜੇ ਜਗਾਏ ਆ ਤੇ ਆਪਣੇ ਸੌਣ ਤੋਂ ਪਹਿਲਾਂ ਪਹਿਲਾਂ ਦੀਵੇ ਤੇ ਸਵੇਰੇ ਸਾਡਾ ਦੀਵਾ ਕਾਂ ਚੋ ਕੇ ਦੂਜੇ ਦੇ ਘਰ ਲੈ ਜਾਂਦਾ ਦੂਜਿਆਂ ਦਾ ਦੀਵਾ ਚੋ ਕੇ ਤੀਜੇ ਘਰ ਲੈ ਜਾਂਦਾ ਦੋ ਤਿੰਨ ਪਹਿਲਾਂ ਆਪਾਂ ਪੈਸੇ ਨਾਲ ਖਰੀਦੇ ਆ ਦੀਵੇ ਨੇ ਕਿੰਨੀ ਦੇਰ ਚਾਨਣ ਕੀਤਾ ਜਿੰਨੀ ਦੇਰ ਤੱਕ ਵਿੱਚ ਤੇਲ ਸੀ ਜੋ ਹੀ ਤੇਲ ਸੜਿਆ ਬੱਤੀ ਸੜ ਗਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਇਆ ਦੀਵੇ ਵਿੱਚ ਤੇਲ ਸੀ ਤੇ ਸੜਦਾ ਸੀ ਅੱਜ ਦੀਵਾ ਸੂਨਾ ਹੋ ਗਿਆ ਇਥੇ ਉਦਾਹਰਨ ਹੈ ਇਹ ਨਹੀਂ ਕਹਿੰਦੇ ਦੀਵੇ ਜਗਾਓ ਕਹਿੰਦੇ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਬਲਦੇ ਸੀ ਲੋਕ ਪਹਿਲਾਂ ਵੀ ਬਲਦੇ ਸੀ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਇਹਦਾ ਮਤਲਬ ਦੀਵਾਲੀ ਦੀ ਰਾਤ ਦੀਵਿਆਂ ਦਾ ਚਾਨਣ ਵਕਤ ਹੀ ਹੈ ਅੱਧਾ ਘੰਟਾ 2 ਘੰਟੇ 3 ਘੰਟੇ ਹੁਣ ਰਾਤ ਪਈ ਹੈ ਤਾਰੇ ਦਿਸ ਰਹੇ ਨੇ ਆਪਾਂ ਨੂੰ ਇਹ ਕਿੰਨੀ ਦੇਰ ਤਾਰੇ ਦਿਸਣੇ ਨੇ ਜਿੰਨ ਦੇਰ ਤੱਕ ਦਿਨ ਨਹੀਂ ਚੜਦਾ ਜਿਉਂ-ਜਿਉਂ ਦਿਨ ਦਾ ਚੜਾ ਹੋਣਾ ਸਾਡਾ ਤਾਰਿਆਂ ਵੱਲ ਧਿਆਨ ਜਾਣਾ ਹੀ ਨਹੀਂ ਇਹ 5 ਘੰਟੇ ਆ 4 ਘੰਟੇ ਆ 6 ਘੰਟੇ ਆ 7 ਘੰਟੇ ਤਾਰੇ ਜਾਤ ਸਨਾਤ ਅੰਬਰ ਭਾਲੀਨ ਰਾਤ ਨੂੰ ਤਾਰੇ ਦਿਸੇ ਜਿਉਂ ਦਿਨ ਚੜਿਆ ਤੇ ਤਾਰਿਆਂ ਦਾ ਸਾਡੇ ਤੇ ਕੋਈ ਪ੍ਰਭਾਵ ਨਹੀਂ ਫੁੱਲਾਂ ਕੀ ਬਾਗਾਂਤ ਚੁਣ-ਚੁਣ ਚਾਲੀਨ ਕੱਲੇ-ਕੱਲੇ ਫੁੱਲ ਤੋੜ ਕੇ ਹਾਰ ਬਣਾਏ ਗਲਾਂ 'ਚ ਹਾਰ ਪਾਏ ਫੁੱਲਾਂ ਦੀ ਸੁਗੰਧੀ ਵੀ ਅੱਧਾ ਘੰਟਾ 2 ਘੰਟੇ 3 ਘੰਟੇ ਸਵੇਰੇ ਫੁੱਲ ਖਰੀਦੇ ਗਲਾਂ 'ਚ ਹਾਰ ਪਾਏ ਸ਼ਾਮਾਂ ਨੂੰ ਉਹ ਰੂੜੀ ਤੇ ਸੜਤਾ ਇਹ ਵਖਤੀ ਆ ਦੀਵਾਲੀ ਦੀ ਰਾਤ ਦੀਵਿਆਂ ਦਾ ਚਾਨਣ ਵਖਤੀ ਤਾਰਿਆਂ ਦਾ ਪ੍ਰਭਾਵ ਵਖਤੀ ਸਦਾ ਨਹੀਂ ਫੁੱਲਾਂ ਦੀ ਸੁਗੰਧੀ ਵਖਤੀ ਤੀਰਸ ਜਾਤੀ ਜਾਤ ਨੈਣ ਨਿਹਾਲੀਆਂ ਅਨੰਦਪੁਰ ਸਾਹਿਬ ਮੇਲਾ ਲੱਗਦਾ ਸੁਲਤਾਨਪੁਰ ਸਾਹਿਬ ਕਿੰਨੀਆਂ ਸੰਗਤਾਂ ਜਾਣ ਗਿਆ ਸultanpur ਜਾਣ ਗਿਆ ਅੰਮ੍ਰਿਤਸਰ ਜਾਣ ਗਿਆ ਕਿੰਨੀ ਦਿਨ ਲਈ 2 ਦਿਨ ਲਈ 3 ਦਿਨ ਲਈ 4 ਦਿਨ ਲਈ ਤੀਰਥ ਜਾਤੀ ਜਾਤ ਨੈਣ ਨਹਾਲੀ ਅੱਖਾਂ ਨਾਲ ਵੇਖਾਂ ਕਿ ਕਿੰਨੇ ਯਾਤਰੂ ਗਏ ਨੇ ਪਰ ਦੋ ਚੌ ਦਿਨਾਂ ਬਾਅਦ ਯਾਤਰੂ ਫੇ ਆਪੋ ਆਪਣੇ ਘਰੀ ਆ ਜਾਣਗੇ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਮੰਨਿਆ ਗਿਆ ਹਰੀਚੰਦ ਕਾ ਰਾਜਾ ਉਹਦੀ ਨਗਰੀ ਇੱਕ ਵੱਖਰੀ ਹੈ ਹੈ ਨਹੀਂ ਜੋ ਮੰਨਿਆ ਗਿਆ ਕਹਿੰਦੇ ਸਭ ਚੀਜ਼ਾਂ ਵਕਤੀ ਨੇ ਸਿੱਖਾ ਤੂੰ ਕੀ ਕਰਨਾ ਗੁਰਮੁਖ ਸੁਖ ਫਲਦਾਤ ਗੁਰੂ ਦੇ ਸਿੱਖ ਵਾਸਤੇ ਸਭ ਤੋਂ ਵੱਡੀ ਸੁੱਖਾਂ ਦੀ ਦਾਤ ਹੈ ਸ਼ਬਦ ਸੰਭਾਲੀਅਨ ਸ਼ਬਦ ਦਾ ਦੀਵਾ ਬਾਲ ਆਪਣੇ ਅੰਦਰ ਸ਼ਬਦ ਦਾ ਦੀਵਾ ਸਦਾ ਹੀ ਚਾਨਣ ਦਉ ਦੀਵਾਲੀ ਦੀ ਰਾਤ ਦਾ ਦੀਵਾ 2 ਘੰਟੇ ਚਾਨਣ ਦਉ ਹੁਣ ਦੱਸੋ ਕਿਹੜਾ ਦੀਵਾ ਵਧੀਆ ਦੀਵਾ ਮੇਰਾ ਏਕ ਨਾਮ ਕਿ ਆ ਮਿੱਟੀ ਵਾਲਾ ਦੀਵਾ ਬੋਲ ਕੇ ਦੱਸਿਓ ਹਾਂ ਸ਼ਬਦ ਵਾਲਾ ਦੀਵਾ ਤੱਕੇ ਨਾਲ ਗੁਰੂ ਹਰਗੋਬਿੰਦ ਪਾਸ਼ਾ ਨਾਲ ਦੀਵਾਲੀ ਜੋੜ ਦਿੱਤੀ ਗੁਰੂ ਹਰਗੋਬਿੰਦ ਪਾਸ਼ਾ ਫਰਵਰੀ ਚ ਆਏ ਸੀ ਗਵਾਲੀਅਰ ਦੀ ਜੇਲ੍ਹ ਵਿੱਚੋਂ ਜਦੋਂ ਆਏ ਸੀ ਬੋਲ ਕੇ ਦੱਸਿਓ ਫਰਵਰੀ ਚ ਕਦੀ ਵੀ ਦੀਵਾਲੀ ਨਹੀਂ ਆਉਂਦੀ ਆਪਣੇ ਕਰਾਂ ਸ਼ਬਦ ਦਾ ਦੀਵਾ ਬਾਲੋ ਤੁਸੀਂ ਵੇਖਿਓ ਕੱਲ ਰਾਤ ਕਈਆਂ ਨੇ ਜੂਆ ਖੇਡਣਾ ਪਤਾ ਕਿਉਂ ਕਹਿੰਦੇ ਉਹਦੋਂ ਲక్ష్ਮੀ ਆਉਂਦੀ ਆ ਉਹ ਦੀਵਾਲੀ ਤੇ ਕਹਿ ਕੇ ਦੀ ਹੁੰਦੀ ਬਹੁਤ ਇਦਾਂ ਦਿਵਾਲਾ ਨਿਕਲ ਜਾਂਦਾ ਆੜੀਆਂ ਰੱਖੀਆਂ ਹੁੰਦੀਆਂ ਪਰਾਲੀਆਂ ਤੂੜੀਆਂ ਸ਼ੁਰਲੀਆਂ ਚੱਲਦੀਆਂ ਨੇ ਕਿਦਾ ਵੈਸੇ ਅੱਗੇ ਨਾਲੋਂ ਫਰਕ ਪੈ ਗਿਆ ਸੀ ਆ ਰਹੇ ਸੀ ਨਾ ਬਹੁਤ ਟਾਵੀਆਂ ਟਾਵੀਆਂ ਦੁਕਾਨਾਂ ਨੇ ਜਿੱਥੇ ਕੋਈ ਆ ਪਟਾਕੇ ਰੱਖ ਕੇ ਬੈਠਾ ਸਿਆਣੇ ਬਣੀਏ ਸ਼ਬਦ ਦਾ ਦੀਵਾ ਬਾਲੀਏ ਜਿਹੜਾ ਪੈਸਾ ਇਨਾ ਕਮਾਂ ਤੇ ਬਰਬਾਦ ਕਰਨਾ ਕਿਸੇ ਗਰੀਬ ਪਰਿਵਾਰ ਦੇ ਬੱਚੇ ਦੀ ਪੜ੍ਹਾਈ ਤੇ ਖਰਚਾ ਕਰ ਦਿਓ ਉਹਨੂੰ ਸਕੂਲ ਦੀ ਵਰਦੀ ਲੈ ਦਿਓ ਕੋ ਫੀਸ ਲੈ ਦਿਓ ਜਿਵੇਂ ਪਾ ਦੱਸ ਰਿਹਾ ਸੀ ਨਾ ਨੌਜਵਾਨ ਰਲ ਕੇ ਇਸ ਪਿੰਡ ਸਫਾਈ ਕਰਦੇ ਆ ਕੰਮ ਕਰਦੇ ਆ ਸਾਨੂੰ ਏਦਾਂ ਦੇ ਸਮਾਜ ਸੁਧਾਰ ਕੰਮ ਕਰਨ ਦੀ ਲੋੜ ਹੈ ਜਦੋਂ ਦੀਵਾਲੀ ਵਾਲੀ ਰਾਤ ਰਾਤ ਪਟਾਕੇ ਚੱਲਦੇ ਆ ਜਿਹੜੇ ਦਮੇ ਦੇ ਮਰੀਜ਼ ਹੁੰਦੇ ਉਹਨਾਂ ਵਿਚਾਰਿਆਂ ਵਾਸਤੇ ਰਹਿਣਾ ਕਿੰਨਾ ਮੁਸ਼ਕਲ ਹੁੰਦਾ ਜੇ ਸੋਚ ਕੇ ਵੇਖੋ ਪਰ ਅਸੀਂ ਕੁਰਾਏ ਪੈ ਗਏ ਵੇਖੋ ਕਿਦਾਂ ਦੀਵੇ ਕਈਆਂ ਨੇ ਮੈਂ ਪਹਿਲਾਂ ਕਹਤਾ ਵੀ ਕਈਆਂ ਨੇ ਕਥਾ ਸੁਣ ਤੋਂ ਬਾਅਦ ਵੀ ਫੇਰ ਦੀਵੇ ਖਰੀਦਣੇ ਆ ਕਈਆਂ ਖਰੀਦ ਕੇ ਭੇਂ ਵੀ ਲੈ ਹੋਣੇ ਪਾਣੀ 'ਚ